ਬਰਸੀ ਮੌਕੇ ਅਕਾਲੀ ਦਲ ਅਤੇ ਕਾਂਗਰਸ ਨੇ ਬਰਸੀ ਸਮਾਗਮ ਕਰਵਾਇਆ। ਕਾਂਗਰਸ ਦਾ ਰਾਜ ਪੱਧਰੀ ਸਮਾਗਮ ਫਲੋਪ ਸਾਬਤ ਹੋਇਆ। ਉੱਧਰ ਅਕਾਲੀ ਦਲ ਦੇ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਨੇ ਬਰਸੀ ਵਿੱਚ ਨਾ ਆਉਣ 'ਤੇ ਕੈਪਟਨ 'ਤੇ ਨਿਸ਼ਾਨੇ ਸਾਧੇ। ਆਪਾਂ ਉੱਥੇ ਦਿੰਦੇ ਹਾਂ ਪਰ ਆਪਾਂ ਨੂੰ ਕੋਈ ਫਾਇਦਾ ਨਹੀਂ, ਸਾਰਾ ਉਹ ਲੈ ਜਾਂਦੇ ਹੈ। ਐਡਾ ਵੱਡਾ ਧੋਖਾ ਆਪਣੇ ਨਾਲ, ਨਾ ਆਪਣਾ ਕੋਈ ਹਾਈ ਕੋਰਟ ਹੈ, ਆਪਣੇ ਪਾਣੀ ਲੈ ਗਏ ਹਨ। ਰਿਪੇਰੀਅਨ ਰਾਈਟ ਜਿਹੜੇ ਹੁੰਦੇ ਆ ਕਿ ਜਿਹੜੇ ਸੂਬੇ ਵਿੱਚੋਂ ਨਦੀਆਂ ਨਿਕਲਦੀਆਂ ਹੱਕ ਉਸੇ ਸੂਬੇ ਦਾ ਹੁੰਦਾ। ਆਪਣਾ ਪਾਣੀ ਰਾਜਸਥਾਨ ਲੈ ਗਏ, ਆਪਣਾ ਸਤਲੁਜ ਦਾ ਪਾਣੀ, ਹੁਣ ਆਪਣਾ ਵਿਆਜ ਪਾਣੀ ਇੱਥੋਂ ਹਰਿਆਣਾ ਦੇਣ ਨੂੰ ਫਿਰਦੇ ਹੈ। ਪਰ ਜਿਹੜੇ ਹਰਿਆਣੇ ਦੀ ਜਮਨਾ ਹਰਿਆਣੇ ਜਾਂਦੀ ਹੈ ਉਹਦਾ ਸਾਡਾ ਹੱਕ ਨਹੀਂ? ਫਿਰ ਜਦੋਂ ਪੰਜਾਬ ਦੀ ਗੱਲ ਆ ਜੇ ਉਦੋਂ ਬੇਇਨਸਾਫੀ। ਜਿਹਦਾ ਹਿੰਦੁਸਤਾਨੀ ਪ੍ਰਧਾਨ ਹੋਏ ਸ਼੍ਰੋਮਣੀ ਅਕਾਲੀ ਦਲ ਹੈ। ਅਗਲੇ ਸਾਲ 100 ਸਾਲ ਪੂਰੇ ਹੋ ਜਾਣੇ ਸ਼੍ਰੋਮਣੀ ਅਕਾਲੀ ਦਲ ਦੇ। ਆ ਜਿੰਨੀਆਂ ਪਾਰਟੀਆਂ ਭਾਵੇਂ ਜਿਹੜੀ ਅੱਜ ਹੁਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਹੈ, ਉਹਦਾ ਵੀ ਜਨਮ ਹੁਣੀ ਹੋਇਆ। ਤੁਹਾਡੀ ਤਾਂ ਕਿੰਨੀ ਪੁਰਾਣੀ ਪਾਰਟੀ ਹੈ, ਆਪਾਂ ਤੋਂ ਇਕੱਲੀ ਪੁਰਾਣੀ ਪਾਰਟੀ ਕਾਂਗਰਸ ਹੈ। ਪਰ ਕਾਂਗਰਸ ਦਾ ਪਹਿਲਾ ਪ੍ਰਧਾਨ ਵੀ ਅੰਗਰੇਜ਼ ਹੁੰਦਾ ਸੀ, ਕੋਈ ਦੇਸ਼ਵਾਸੀ ਨਹੀਂ ਹੁੰਦਾ ਸੀ, ਅੰਗਰੇਜ਼ ਦਾ ਪ੍ਰਧਾਨ ਬਣਾਇਆ ਸੀ ਉਹਨਾਂ ਨੇ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਜਿਹੜੀਆਂ ਕੌਮਾਂ ਝੰਡੇ ਥੱਲੇ ਇਕੱਠੀਆਂ, ਜਿਹੜੀਆਂ ਕੌਮਾਂ ਇੱਕ ਲੀਡਰ ਥੱਲੇ ਇਕੱਠੀਆਂ, ਕੋਈ ਕੌਮਾਂ ਨੂੰ ਕੋਈ ਹਿਲਾ ਨਹੀਂ ਸਕਦਾ, ਕੋਈ ਪਿੱਛੇ ਨਹੀਂ ਛੱਡ ਸਕਦਾ। ਅਖਬਾਰਾਂ ਨੇ ਪਹਿਲੇ ਇੱਕ ਹਫ਼ਤਾ ਪਹਿਲੇ ਤੁਸੀਂ ਅਖਬਾਰਾਂ 'ਚ ਪੜ੍ਹਨ ਲੱਗ ਗਏ ਕਿ ਹੜ੍ਹ ਆਉਣਗੇ ਜੀ, ਮੌਸਮ ਵਿਭਾਗ ਨੇ ਹੜ੍ਹ ਦੀ ਗੱਲ ਕਰ ਲਈ, ਪਰ ਕੈਪਟਨ ਸੁੱਤਾ ਰਿਹਾ। ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ, ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਪਰਵਾਹ ਨਹੀਂ। ਜਦੋਂ ਹੜ੍ਹ ਆ ਗਿਆ ਹੁਣ ਉਹਨੇ ਘਰੋਂ ਨਿਕਲਣ ਨੂੰ ਕਿਹਾ ਕਿ ਹੁਣ ਤਾਂ ਘਰੋਂ ਨਿਕਲ ਗਿਆ, ਹੁਣ ਗੇੜਾ ਮਾਰ ਕੇ ਹੈਲੀਕਾਪਟਰ ਤਾਂ ਵਾਪਸ ਚਲਾ ਗਿਆ। ਬਾਦਲ ਸਾਹਿਬ 3-3 ਮਹੀਨੇ ਪਹਿਲੇ ਤਿਆਰੀ ਕਰ ਲੈਂਦੇ ਸੀ, ਪਹਿਲੇ ਪੈਸੇ ਭੇਜ ਕੇ ਲੋਕਾਂ ਦੀਆਂ ਜਾਨਾਂ, ਲੋਕਾਂ ਦੀਆਂ ਉਹਨਾਂ ਦੀ ਕਣਕਾਂ ਫਸਲਾਂ ਘਰ।